ਔਰ ਉਹਦੇ ਵਿੱਚ ਸਰਕਾਰ ਦਾ ਤਾਂ ਪਹਿਲਾਂ ਤੋਂ ਕੋਸ਼ਿਸ਼ ਸੀਗੀ ਪਰ ਬਹੁਤ ਸਾਰੇ ਲੋਕ ਕਈ ਵੀ ਹਦਾਇਤਾਂ ਦਾ ਪਾਲਨ ਨਹੀਂ ਕਰਦੇ ਉਸ ਕਰਕੇ ਵੀ ਜਾਨ ਜਾਂਦੀ ਹੈ। ਔਰ ਲੇਕਿਨ ਫਿਰ ਵੀ ਮੈਂ ਕਹਿ ਸਕਦਾ ਪੰਜਾਬ ਦੇ ਸਾਡੇ ਅਧਿਕਾਰੀਆਂ ਨੇ ਇਹ ਮੁੱਖ ਮੰਤਰੀ ਦੇ ਹਦਾਇਤਾਂ ਦਾ ਪਾਲਨ ਕਰਦੇ ਹੋਏ ਸਥਿਤੀ ਨੂੰ ਅੰਡਰ ਕੰਟਰੋਲ ਰੱਖਿਆ। ਇਹ ਨਿਕਾਸੀ ਪੰਜਾਬ 'ਚ ਨਹੀਂ ਹੋਈ ਕਿਉਂਕਿ ਪਿਛਲੇ ਸਾਲ ਸਰਕਾਰਾਂ ਪਿਛਲੇ ਸਮੇਂ ਅਸੀਂ ਦੇਖਿਆ ਕਿ ਬਹੁਤ ਸਾਰੇ ਜਿਹੜੇ ਚੋਏ ਸੀ ਨਾਲੇ ਸੀ ਕੰਸਟਰਕਸ਼ਨ ਹੋ ਗਈ ਉਹਨਾਂ ਦੇ ਉੱਤੇ لیکن جو ਅੱਜ ਹੈਗੀ ਸਿਚੁਏਸ਼ਨ ਆਈ ਹੈ ਬਿਲਕੁਲ ਠੀਕ ਪ੍ਰਬੰਧ ਹੈ ਕੋਈ ਕਿਤੇ ਪੀਣ ਵਾਲੇ ਪਾਣੀ ਦੀ ਕਮੀ ਨਹੀਂ ਛੱਡੇਗੀ بار بار ਚਿੰਤਾ ਸਾਹਮਣੇ ਆ ਰਹੀ ਲੋਕਾਂ ਦੇ ਕਿ ਹੋਰ ਪਾਣੀ ਜਿਹੜਾ ਛੱਡਿਆ ਜਾ ਸਕਦਾ ਉਹਦੀ ਕਿਸ ਚੀਜ਼ ਦੀ ਨਹੀਂ ਸੈਂਟਰ ਨਾਲ ਕੋਈ رابطہ ਹੋਇਆ ਇਸ ਲਈ ਕਿ ਕੋਈ ਕਿਉਂਕਿ ਪਹਿਲਾਂ ਹੀ ਬਹੁਤ ਸਾਰੇ ਆਪਣੇ ਪੰਜਾਬ ਦੇ ਫੰਡ ਨੇ ਜਿਹੜੇ ਹੱਜ ਤੱਕ ਰੁਕੇ ਹੁਣ ਸੈਂਟਰ ਨੇ ਕੁਝ ਕਿਹਾ ਜਦ ਤੁਸੀਂ ਗੱਲ ਕਰਨ ਦੀ ਕੋਸ਼ਿਸ਼ ਹੋ ਗਵਰਨਮੈਂਟ ਸਾਡੀ ਪੰਜਾਬ ਗਵਰਨਮੈਂਟ ਆਪਣੇ ਲੈਵਲ ਤੇ ਕਿਸੇ ਚੀਜ਼ ਦੀ ਕੋਰ ਕਸਰ ਨਹੀਂ ਛੱਡ ਰਹੀ ਸਸਿਕਾ ਤੁਸੀਂ ਦੇਖ ਰਹੇ ਫੈਕਟ ਨਿਊਜ਼ ਮੈਂ ਤਾਂ ਅਨਜਸਪ੍ਰੀ ਸਿੰਘ ਰਾਸ਼ਕ ਪੰਜਾਬ ਦੇ ਵਿੱਚ ਲਗਾਤਾਰ ਸਥਿਤੀ ਹੈ ਜਿਹੜੀ ਹੜਾ ਕਰਕੇ ਉਹ ਕੰਬੀਰ ਬਣੀ ਹੋਈ ਹੈ ਹਾਲਾਂਕਿ ਸਰਕਾਰ ਵੱਲੋਂ ਹਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਹਰ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਪਰ ਲਗਾਤਾਰ ਪਿੱਛੋਂ ਪਾਣੀ ਜਿਹੜਾ ਆ ਉਹ ਵਧਦਾ ਨਜ਼ਰ ਆ ਰਿਹਾ ਆ ਤਾਜ਼ਾ ਹਾਲਾਤ ਕੀ ਨੇ ਉਹਨਾਂ ਤੇ ਚਰਚਾ ਕਰਾਂਗੇ ਸਾਡੇ ਨਾਲ ਮੌਜੂਦ ਨੇ ਭ੍ਰਮਸ਼ੰਕਰ ਜਿੰਪਾ ਜੀ ਨਾਲ ਗੱਲਬਾਤ ਕਰਦੇ ਆ ਜੀ ਫਾ ਸਾਬ ਕਿਸ ਤਰੀਕੇ ਦੀ ਸਥਿਤੀ ਬਣੀ ਹੋਈ ਆ ਕਿਉਂਕਿ ਤੁਹਾਡੇ ਕੋਲੇ ਮੈਕਮਾ ਆ ਤੁਸੀਂ ਇਸ ਨੂੰ ਪੂਰੀ ਤਰ੍ਹਾਂ ਜਿਹੜਾ ਆ ਗਰਾਊਂਡ ਜ਼ੀਰੋ ਤੋਂ ਵੀ ਚੰਗੀ ਤਰ੍ਹਾਂ ਦੇਖ ਰਹੇ ਹੋ ਕਿਵੇਂ ਸਥਿਤੀ ਬਣੀ ਹੋਈ ਆ ਦੇਖੋ 93 ਤੋਂ ਬਾਅਦ ਇੱਕ ਜਿਹੜੀ ਸਿਚੁਏਸ਼ਨ ਆ ਸਭ ਤੋਂ ਜ਼ਿਆਦਾ ਫਲੱਡ ਜਿਹੜਾ ਹੈ ਪੰਜਾਬ ਚ ਔਰ ਹਿਮਾਚਲ ਜ ਵੀ ਨਾਲ ਆਇਆ ਕਿਉਂਕਿ ਹਿਮਾਚਲ ਦਾ ਫਲੱਡ ਜਿਹੜਾ ਸਿੱਧੇ ਤੌਰ ਤੇ ਪੰਜਾਬ ਨੂੰ ਮਾਰਕ ਕਰਦਾ ਔਰ ਲੇਕਿਨ ਫੇਰ ਵੀ ਏ ਮਾਨਜੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਜਿਹੜੇ ਪਹਿਲਾਂ ਹੀ ਐਡਮਿਨਿਸਟ੍ਰੇਸ਼ਨ ਨੂੰ ਚੁੱਕਨੇ ਕੀਤਾ ਸੀਗਾ ਦਿਸ਼ਾ ਨਿਰਦੇਸ਼ ਸੀਗੇ ਆਪਣੇ ਐਮਐਲਏ ਸਹਿਵਾਰ ਨੂੰ ਸਾਰਿਆਂ ਨੂੰ ਉਹਦੇ ਕਰਕੇ ਮੈਂ ਕਹਿ ਸਕਦਾ ਪੰਜਾਬ ਦੇ ਬਹੁਤ ਸਾਰੀਆਂ ਜਾਨਾਂ ਨੂੰ ਪਹਿਲੇ ਹੀ ਸੇਵ ਕਰਕੇ ਸੇਫ ਜ਼ੋਨ ਚ ਲੈ ਕੇ ਜਾਇਆ ਗਿਆ ਸੀ ਔਰ ਤਕਰੀਬਨ ਹੁਣ ਤੱਕ 14000 ਲੋਕਾਂ ਦੇ ਕਰੀਬ ਲੋਕਾਂ ਨੂੰ ਸੇਫ ਜ਼ੋਨ ਚ ਲਿਜਾਇਆ ਗਿਆ ਹੈ ਔਰ ਉਹਨਾਂ ਨੂੰ ਸਾਰੇ ਪ੍ਰੋਵੀਜ਼ਨ ਜੋ ਪ੍ਰੋਵਾਈਡ ਕਰਾਉਣਾ ਸੀ ਸਰਕਾਰ ਰਹ ਇਹਨਾਂ ਨੂੰ ਕਰਾਇਆ ਹੈ ਕਿੰਨੇ ਕ ਕੈਜ਼ੂਐਲਟੀ ਹੋਈ ਆ ਸਰ ਇਸ ਦੇ ਵਿੱਚ ਕਿੰਨਾ ਕ ਆਮ ਨੁਕਸਾਨ ਜਿਹੜਾ ਹੋਇਆ ਜਿਵੇਂ ਜਾਨਵਰ ਜਾ ਘਰਾਂ ਦਾ ਤੋ ਹੁਣ ਤੱਕ ਤਕਰੀਬਨ ਅਨਫੋਰਚੂਨੇਟਲੀ 11 ਦੇ ਕਰੀਬ ਜਣੀਆਂ ਹੈ ਲਾਈਫ ਲਾਸਸ ਹੋਇਆ ਔਰ ਉਹਦੇ ਵਿੱਚ ਸਰਕਾਰ ਦਾ ਤਾਂ ਪਹਿਲਾਂ ਤੋਂ ਕੋਸ਼ਿਸ਼ ਸੀਗੀ ਪਰ ਬਹੁਤ ਸਾਰੇ ਲੋਕ ਕਈ ਵੀ ਹਦਾਇਤਾਂ ਦਾ ਪਾਲਨ ਨਹੀਂ ਕਰਦੇ ਉਸ ਕਰਕੇ ਵੀ ਜਾਨ ਜਾਂਦੀ ਹੈ ਸੋ ਉਹਦਾ ਵੀ ਦੁੱਖ ਅਫਸੋਸ ਬੜਾ ਹੈ ਔਰ ਉਹਨਾਂ ਪਰਿਵਾਰਾਂ ਦੇ ਵੀ ਪੂਰੀ ਸਹਾਇਤਾ ਰਾਸ਼ੀ ਜਿਹੜੀ ਹੈ ਮੁੱਖ ਮੰਤਰੀ ਭਗਵੰਤ ਪਾਣ ਜੀ ਨੇ ਕਿਹਾ ਵੀ ਉਹਨਾਂ ਦੀ ਵੀ ਪੂਰਨ ਸਹਾਇਤਾ ਕੀਤੀ ਜਾਏ ਜੇ ਪਾਣੀ ਆਂਦਾ ਤੁਸੀਂ ਕੋਈ ਅਲਰਟ ਹੋ ਗਏ ਤੁਹਾਡੇ ਕੋਲ ਮੈਸੇਜ ਆ ਤੁਸੀਂ ਵੀ ਗਰਾਊਂਡ ਤੇ ਪਹੁੰਚੇ ਪਰ ਉਸ ਤੋਂ ਪਹਿਲਾਂ ਕੀ ਪਿੱਛੋਂ ਬੀਬੀ ਐਮਬੀ ਵੱਲੋਂ ਕੋਈ ਅਲਰਟ ਜਾਰੀ ਕੀਤਾ ਗਿਆ ਸੀ ਪਾਣੀ ਛੱਡਿਆ ਗਿਆ ਜਿਹੜਾ ਜਾਂ ਜਿਸ ਤਰੀਕੇ ਨਾਲ ਪਾਣੀ ਪੰਜਾਬ ਚ ਦੇਖੋ ਪਾਣੀ ਤਾਂ ਬਰਸਾਤ ਹੀ ਬਹੁਤ ਜ਼ਿਆਦਾ ਸੀ ਔਰ ਜਿਹੜੇ ਛੋਟੇ ਨਦੀ ਨਾਲੇ ਐ ਉਹ ਬਰਸਾਤ ਜਦੋਂ ਹਿਮਾਚਲ ਚ ਜ਼ਿਆਦਾ ਬਰਸਾਤ ਹੁੰਦੀ ਹੈ ਉਹਨਾਂ ਦਾ ਪਾਣੀ ਹਰ ਇੱਕ ਜਗ੍ਹਾ ਤੇ ਪਹੁੰਚਦਾ ਬੀਬੀ ਐਮਬੀ ਤੋਂ ਲਾਵਾ ਜਿਹੜਾ ਪਾਣੀ ਹੈ ਜਿਹੜਾ ਲੋਕਲ ਪਾਣੀ ਨਾਲੋਂ ਜ਼ਿਆਦਾ ਫਲੱਡ ਆਂਦਾ ਛੋਟੇ ਛੋਟੇ ਦਰਿਆ ਕੋ ਚੋਹ ਆ ਰਹੇ ਕੋ ਛਾਰੇ ਉਹਨਾਂ ਨਾਲ ਸ਼ਹਿਰਾਂ ਦੇ ਵਿੱਚ ਜ਼ਿਆਦਾ ਮਾਰ ਪਈ ਹੈ ਪਿੰਡਾਂ 'ਚ ਜ਼ਿਆਦਾ ਮਾਰ ਪਈ ਹੈ ਖੇਤਾਂ ਨੂੰ ਜ਼ਿਆਦਾ ਮਾਰ ਪਈ ਹੈ ਬਰਸਾਤ ਨਾਲ ਹੀ ਕੰਟੀਨਿਊਸ ਸੀ ਬਰਸਾਤ ਜਦੋਂ ਲਗਾਤਾਰ ਹੁੰਦੀ ਹੈ ਜੇ ਦਾ 2-3 ਦਿਨ ਲਗਾਤਾਰ ਮੀਂਹ ਪਿਆ ਉਹਦੇ ਨਾਲ ਫਲੱਡ ਦੀ ਸਿਚੁਏਸ਼ਨ ਨੇਚਰਲੀ ਬਣ ਜਾਂਦੀ ਹੈ ਔਰ ਲੇਕਿਨ ਫਿਰ ਵੀ ਮੈਂ ਕਹਿ ਸਕਦਾ ਪੰਜਾਬ ਦੇ ਸਾਡੇ ਅਧਿਕਾਰੀਆਂ ਨੇ ਇਹ ਮੁੱਖ ਮੰਤਰੀ ਦੇ ਹਦਾਇਤਾਂ ਦਾ ਪਾਲਣ ਕਰਦੇ ਹੋਏ ਸਥਿਤੀ ਨੂੰ ਅੰਡਰ ਕੰਟਰੋਲ ਰੱਖਿਆ ਨਿਕਾਸੀ ਦੀ ਗੱਲ ਕੀਤੀ ਹੈ ਕਿ ਪਾਣੀ ਦੇ ਵਿੱਚ ਨਾਲਿਆਂ ਦੀ ਗੱਲ ਕੀਤੀ ਹੈ ਨਿਕਾਸੀ ਪੰਜਾਬ ਚ ਨਹੀਂ ਹੋਈ ਕਿਉਂਕਿ ਪਿਛਲੀਆਂ ਸਰਕਾਰਾਂ ਪਿਛਲੇ ਸਮੇਂ ਸੀ ਦੇਖਿਆ ਕਿ ਬਹੁਤ ਸਾਰੇ ਜਿਹੜੇ ਚੋਏ ਸੀ ਨਾਲੇ ਸੀ ਕੰਸਟਰਕਸ਼ਨ ਹੋ ਗਈ ਉਹਨਾਂ ਦੇ ਉੱਤੇ ਕਿ ਹੁਣ ਉਹਨਾਂ ਉੱਤੇ ਕਾਰਵਾਈ ਬਣਦੀ ਹੈ ਸਰਕਾਰ ਵੱਲੋਂ ਕਾਰਵਾਈ ਕਰੋਗੇ ਉਹਨਾਂ ਤੇ ਦੇਖੋ ਸਾਨੂੰ ਸਾਰਿਆਂ ਨੂੰ ਕੰਸਟਰਕਸ਼ਨ ਜ਼ੋਨ ਦੇ ਵਿੱਚ ਸਾਰੀਆਂ ਸਰਕਾਰ ਦੀਆਂ ਹਦਾਇਤਾਂ ਦਾ ਪਾਲਨ ਕਰਨਾ ਚਾਹੀਦਾ ਲੇਕਿਨ ਕਿਉਂਕਿ ਸਰਕਾਰਾਂ ਨੇ ਉਹਨਾਂ ਦੇ ਆਪਣੀਆਂ ਸਰਕਾਰਾਂ ਨੇ ਪੁਰਾਣੀਆਂ ਸਰਕਾਰਾਂ ਨੇ ਕੋਈ ਪਾਲਨ ਨਹੀਂ ਕੀਤਾ ਉਦੇ ਕਰਕੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਠੀਕ ਨਹੀਂ ਰਹਿੰਦੇ ਕਈ ਵਾਰੀ ਲੇਕਿਨ ਅਗਰ ਸਰਕਾਰ ਨੂੰ ਅਗਰ ਲੱਗਦਾ ਹੈਗਾ ਤਾਂ ਡੈਫੀਨਿਟਲੀ ਉਹਨਾਂ ਤੇ ਕਾਰਵਾਈ ਵੀ ਕੀਤੀ ਜਾਏਗੀ ਅਗਰ ਕਿਤੇ ਸਪੈਸ਼ਲੀ ਲੱਗਦਾ ਵੀ ਉਹਦੇ ਕਰਕੇ ਫਲੱਡਡ ਜ਼ੋਨ ਰਏ ਆ ਹੁਣ ਕਿੰਨੀਆਂ ਟੀਮਾਂ ਜੜੀਆਂ ਨੇ ਕੰਮ ਕਰ ਰਹੀਆਂ ਫਲੱਡ ਏਰੀਆ ਦੇ ਵਿੱਚ ਕਿੰਨੀ ਐਨਡੀਆਰਐਫ ਨੇ ਜਾਂ ਜਵਾਨ ਨੇ ਸਾਡੇ ਦੇਖੋ ਪਹਿਲੇ ਦਿਨ ਸਾਰੇ ਪੰਜਾਬ ਦੇ ਵਿੱਚ 14 ਟੀਮਾਂ ਐਨਡੀਆਰਐਫ ਦੀਆਂ ਦੋ ਟੀਮਾਂ ਐਸਡੀਆਰਐਫ ਦੀਆਂ ਲਗਾਈਆਂ ਗਈਆਂ ਸੀ ਸਾਡੇ ਐਮਐਲਏ ਸਹਿਬਾਨ ਖੁਦ ਖੇਤਾਂ ਚ ਟਰਾਲੀਆਂ ਲੈ ਕੇ ਟਰੈਕਟਰ ਲੈ ਕੇ ਖੁਦ ਲੱਗਿਓ ਸੀ ਸਾਡੇ ਮੰਤਰੀ ਸਹਿਬਾਨ ਸਾਰੇ ਲੱਗੇ ਸੀ ਔਰ ਹੁਣ ਜਿਹੜੀਆਂ ਹੈ ਇਸ ਵੇਲੇ ਕਿਉਂਕਿ ਸਿਚੁਏਸ਼ਨ ਕੁਝ ਜ਼ਿਲ੍ਹਿਆਂ 'ਚ ਇੰਪਰੂਵ ਹੋਈ ਆ ਐਸਡੀਆਰਐਫ ਦੀ ਐਨਡੀਆਰਐਫ ਦੀ 8 ਟੀਮਾਂ ਕੰਮ ਕਰ ਰਹੀਆਂ ਲੇਕਿਨ ਕੁਝ ਏਰੀਆ ਦੇ ਵਿੱਚ ਜਿਦਾ ਫਿਰੋਜ਼ਪੁਰ ਆ ਉੱਥੇ ਫੌਜ ਦੀਆਂ 20 ਟੀਮਾਂ ਕੰਮ ਕਰ ਰਹੀਆਂ ਉਹਦੇ ਨਾਲ ਕਿਉਂਕਿ ਉਹ ਏਰੀਆ ਜਿਆਦਾ ਬੈਲਟ ਜਿਹੜੀ ਬਾਰਡਰ ਬੈਲਟ ਦੇ ਵਿੱਚ ਜਰਾ ਸਿਚੁਏਸ਼ਨ ਖਰਾਬ ਥੀ ਲੋਕਲ ਲੋਕਾਂ ਕਿਵੇਂ ਦੇਖਦੇ ਲੋਕਲ ਲੋਕ ਹੈ ਇਸ ਵਾਰੀ ਬੜੇ ਅੱਗੇ ਆਏ ਨੇ ਇਹ ਕਹਿ ਦਿਆ ਕਿ ਜਦ ਤੁਸੀਂ ਆਮ ਲੀਡਰ ਜਿਹੜਾ ਉਹਨਾਂ ਦਾ ਮੈਦਾਨ ਚ ਉਤਰਦਾ ਤਾਂ ਲੋਕਾਂ ਨੂੰ ਬੜਾ ਉਤਸ਼ਾਹ ਮਿਲਦਾ ਤੁਹਾਡੇ ਨਾਲ ਵੀ ਬਹੁਤ ਸਾਰੇ ਲੋਕਲ ਲੋਕ ਸੀ ਉਹਨਾਂ ਨੂੰ ਕਿਵੇਂ ਦੇਖਦੇ ਦੇਖੋ ਲੋਕਾਂ ਦਾ ਲੋਕਾਂ ਦਾ ਸਰਕਾਰ 'ਤੇ ਯਕੀਨ ਵਧਿਆ ਮੁੱਖ ਮੰਤਰੀ ਦੇ ਗਰਾਊਂਡ ਜ਼ੀਰੋ ਜਾਣ ਤੇ ਲੋਕਾਂ ਦਾ ਯਕੀਨ ਵਧਿਆ ਕਿ ਮੁੱਖ ਮੰਤਰੀ ਸਿਰਫ ਹੈਲੀਕਾਪਟਰ 'ਚ ਸਿਰਫ ਨਹੀਂ ਦੇਖਦੇ ਹੈਗੇ ਆ ਚਾਹੇ ਮੰਤਰੀ ਹੈ ਚਾਹੇ ਐਮ ਐਲ ਏ ਹੈ ਚਾਹੇ ਸਾਡੇ ਲੀਡਰ ਸਾਹਿਬਾਨ ਆ ਵੱਡੇ ਪਾਰਟੀ ਦੇ ਸਭ ਲੋਕ ਖੇਤਾਂ 'ਚ ਤੁਹਾਨੂੰ ਹਰ ਇੱਕ ਜਗ੍ਹਾ ਤੇ ਨਜ਼ਰ ਆਇਆ ਜੇ ਰਾਤ ਨੂੰ 12 ਵਜੇ ਦੀ 3 ਵਜੇ ਸੀ ਜੇ ਉੱਥੇ ਪਹੁੰਚਣਾ ਪਿਆ ਤਾਂ ਉੱਥੇ ਪਹੁੰਚੇ ਗਰਾਊਂਡ ਜ਼ੀਰੋ ਤੇ ਤਾਂ ਕਿ ਸਿਚੁਏਸ਼ਨ ਨੂੰ ਔਰ ਲੋਕਾਂ ਦੀ ਲਾਈਫ ਨੂੰ ਸੇਵ ਕੀਤਾ ਜਾ ਸਕੇ ਮੀਟਿੰਗ ਅੱਜ ਵੀ ਹੋਈ ਹੈ ਲਗਾਤਾਰ ਮੀਟਿੰਗਾਂ ਹੋ ਰਹੀਆਂ ਪੀਣ ਵਾਲੇ ਪਾਣੀ ਨੂੰ ਲੈ ਕੇ ਕੀ ਪ੍ਰਬੰਧ ਜਿਹੜੇ ਹੋਏ ਨੇ ਪੀਣ ਵਾਲੇ ਪ੍ਰਬੰਧ ਪੂਰੇ ਇਸੇ ਕਰਕੇ ਮੀਟਿੰਗ ਲਈ ਗਈ ਸੀ ਲੇਕਿਨ ਜੋ ਅੱਜ ਹੈਗੀ ਸਿਚੁਏਸ਼ਨ ਆਈ ਹੈ ਬਿਲਕੁਲ ਠੀਕ ਪ੍ਰਬੰਧ ਹੈ ਕੋਈ ਕਿਤੇ ਪੀਣ ਵਾਲੇ ਪਾਣੀ ਦੀ ਕਮੀ ਨਹੀਂ ਛੱਡੀ ਗਈ ਬਾਰ-ਬਾਰ ਚਿੰਤਾ ਸਾਹਮਣੇ ਆ ਰਹੀ ਹੈ ਲੋਕਾਂ ਦੇ ਕਿ ਹੋਰ ਪਾਣੀ ਜਿਹੜਾ ਦੇਖੋ ਪਖੜਾ ਬਿਆਸ ਮੈਨੇਜਮੈਂਟ ਨੇ ਕਿਹਾ ਵੀ ਹਾਲ ਤੱਕ ਸਾਡੀਆਂ ਬ੍ਰਿਜਸ ਨੂੰ ਦੇਖ ਕੇ ਉਹਨਾਂ ਨੇ ਕਿਹਾ ਸੀ ਪਾਣੀ ਹਾਲ ਤੱਕ ਨਹੀਂ ਛੱਡਾਂਗੇ ਇਹ ਸਿੱਧਾ ਆਸ਼ਵਾਸਨ ਉਹਨਾਂ ਨੇ ਪੂਰਨ ਤੌਰ ਤੇ ਦਿੱਤਾ ਪਾਣੀ ਕੁਦਰਤੀ ਤੌਰ ਤੇ ਪ੍ਰਾਕ੍ਰਿਤਿਕ ਤੌਰ ਤੇ ਹਿਮਾਚਲ ਚੋਂ ਇੱਕਦਮ ਨਾ ਆਵੇ ਤਾਂ ਟੀ ਸੈਂਟਰ ਨਾਲ ਕੋਈ رابطہ ਹੋਇਆ ਇਸ ਲੈ ਕੇ ਕੋਈ ਕਿਉਂਕਿ ਪਹਿਲਾਂ ਹੀ ਬਹੁਤ ਸਾਰੇ ਆਪਣੇ ਪੰਜਾਬ ਦੇ ਫੰਡ ਨੇ ਜਿਹੜੇ ਹਜ ਤੱਕ ਰੁਕੇ ਹੁਣ ਸੈਂਟਰ ਨੇ ਕੁਝ ਕਿਹਾ ਜਾਂ ਤੁਸੀਂ ਗੱਲ ਕਰਨ ਦੀ ਕੋਸ਼ਿਸ਼ ਹੋਈ ਉਹਨਾਂ ਨਾਲ ਦੇਖੋ ਜਿੱਦਾਂ ਦੀ ਪੰਜਾਬ ਦੀ ਫਲੱਡ ਦੀ ਸਿਚੁਏਸ਼ਨ ਸਾਰੇ ਨਜ਼ਰ ਆ ਰਹੀ ਹੈ ਹਰ ਇੱਕ ਟੈਲੀਵਿਜ਼ਨ ਚ ਮੀਡੀਆ ਦੇ ਵਿੱਚ ਮੇਰੇ ਲਿਹਾਜ਼ ਨਾਲ ਉਹਨੂੰ ਦੇ ਮੁੱਖ ਰੱਖਦੇ ਆ ਸੈਂਟਰ ਗਵਰਨਮੈਂਟ ਖੁਦ ਵੀ ਅੱਗੇ ਆ ਕੇ ਪੰਜਾਬ ਦੇ ਲੋਕਾਂ ਨੂੰ ਰਹਾ ਦੇ ਉਹਨਾਂ ਦੀ ਲੀਡਰਸ਼ਿਪ ਵੀ ਇੱਥੇ ਬੈਠੀ ਹੈ ਦੇਖ ਰਹੀ ਪੰਜਾਬ ਦਾ ਕੀ ਹਾਲਤ ਹੈ ਉਹਨਾਂ ਨੂੰ ਉਹਨਾਂ ਦੀ ਲੀਡਰਸ਼ਿਪ ਨੂੰ ਅੱਗੇ ਆ ਕੇ ਕਹਿਣਾ ਚਾਹੀਦਾ ਸੈਂਟਰ ਗਵਰਨਮੈਂਟ ਵੱਧ ਤੋਂ ਵੱਧ ਰਾਹਤ ਰਾਸ਼ੀ ਗਵਰਨਮੈਂਟ ਸਾਡੀ ਪੰਜਾਬ ਗਵਰਨਮੈਂਟ ਆਪਣੇ ਲੈਵਲ ਦੇ ਕਿਸੇ ਚੀਜ਼ ਦੀ ਕੋਰ ਕਸਰ ਨਹੀਂ ਛੱਡ ਰਹੀ 33 ਕਰੋੜ ਦੀ ਰਾਸ਼ੀ ਜਾਰੀ ਕੀਤੀ 71 ਕਰੋੜ ਦੀ ਰਾਸ਼ੀ ਮੁੱਖ ਮੰਤਰੀ ਜੀ ਹੋਰ ਜਾਰੀ ਕਰੋਗੇ ਉਹਦੇ ਨਾਲ ਪੰਜਾਬ ਸਰਕਾਰ ਕੋਈ ਕਸਰ ਨਹੀਂ ਛੱਡ ਰਹੀ ਔਰ ਸੈਂਟਰ ਗਵਰਨਮੈਂਟ ਕੋ ਪੂਰੀ ਉਮੀਦ ਹੈ ਪੂਰਨ ਮਦਦ ਕਰੂਗਾ ਕਿਉਂਕਿ ਡਿਜ਼ਾਸਟਰ ਬਹੁਤ ਬੜਾ ਹੈ ਨੁਕਸਾਨ ਬਹੁਤ ਬੜੇ ਲੈਵਲ ਦਾ ਹੈ ਇੱਕ ਆਖਰੀ ਸਵਾਲ ਕਿ ਲਗਾਤਾਰ ਇਸ ਪਾਣੀ ਤੋਂ ਬਾਅਦ ਜਿਹੜੀਆਂ ਬਿਮਾਰੀਆਂ ਫੈਲਣੀਆਂ ਨੇ ਜਿਹੜੀ ਸਿਚੁਏਸ਼ਨ ਬਿਗੜਨੀ ਉਸ ਨੂੰ ਲੈ ਕੇ ਕਿਵੇਂ ਤਿਆਰੀ ਕੀਤੀ ਗਈ ਹੈ ਕੀ ਕੋਈ ਆਰਜੀ ਹਸਪੀਟਲ ਜਾਂਦਾ ਕੁਝ ਲੇਖੋ ਬਿਲਕੁਲ ਡੈਫੀਨੇਟਲੀ ਜਿਹਦਾ ਪਾਣੀ ਡਰਾਈ ਹੋ ਜਾਏਗਾ ਸੁੱਕ ਜਾਏਗਾ ਉਸ ਲਈ ਜੋ ਕੋਈ ਕੋਈ ਕਸਰ ਨਹੀਂ ਛੱਡੀ ਗਈ ਕਿ ਸਾਡੇ ਸਿਹਤ ਮੰਤਰੀ ਜੀ ਨੇ ਪਹਿਲਾਂ ਹੀ ਕਹਿ ਦਿੱਤਾ ਵੀ ਜਿੱਥੇ ਸਾਡੀਆਂ ਮੈਡੀਕਲ ਫੈਸਿਲਿਟੀ ਹੈ ਕਿਸੇ ਪਾਸੇ ਕੋ ਕਮੀ ਨਹੀਂ ਰਹੇਗੀ। ਆਮ ਲੋਕ ਕਰਕੇ ਅਪੀਲ ਕਰਦੇ ਹਾਂ। ਆਮ ਲੋਕਾਂ ਨੂੰ ਇਹ ਅਪੀਲ ਹੈ ਵੀ ਜਦੋਂ ਤੱਕ ਫਲੱਡ ਦੀ ਸਿਚੁਏਸ਼ਨ ਹੈਗੀ ਹੈ ਅ ਉਦੋਂ ਤੱਕ ਜਿਹੜੀਆਂ ਕਿਨਾਰੇ ਵਾਲੀਆਂ ਬਿਲਟਾਂ ਹੈਗੀਆਂ ਉਹਨਾਂ ਦੇ ਸਾਨੂੰ ਨਹੀਂ ਉੱਥੋਂ ਆਪਣਾ ਦੂਜੀ ਜਗ੍ਹਾ ਤੇ ਸ਼ਿਫਟ ਕਰਨਾ ਚਾਹੀਦਾ ਜਿਹੜੇ ਬਿਲਕੁਲ ਕਿਨਾਰੇ ਦੇ ਬੈਠੇ ਆ। ਉਹ ਜਦ ਤੱਕ 2-3 ਦਿਨ ਦੀ ਹੱਦ ਤੱਕ ਬਰਸਾਤ ਅੱਗੇ ਨਜ਼ਰ ਆ ਰਹੀ ਹੈ ਹਿਮਾਚਲ 'ਚ ਅਬਾ ਜਲਦੀ ਬਰਸਾਤ ਦਾ ਵੀ ਸਿੱਧੇ ਤੌਰ ਤੇ ਨਜ਼ੀਆਂ ਦੇ ਅਸਰ ਪੈਂਦਾ ਤੇ ਉਹਨਾਂ ਲੋਕਾਂ ਨੂੰ ਉੱਤੋਂ ਬਚ ਕੇ ਰਹਿਣਾ ਚਾਹੀਦਾ ਸਰਕਾਰ ਨੂੰ ਸਪੋਰਟ ਕਰਨੀ ਚਾਹੀਦੀ ਆ ਅਸਾ ਆਫੀਸਰ ਸਾਹਿਬਾਨ ਨੂੰ ਮਦਦ ਕਰਨੀ ਚਾਹੀਦੀ ਆ ਕਿਉਂਕਿ ਕੱਲ ਇੱਕ ਸਿਚੁਏਸ਼ਨ ਸੀ ਕਿ ਪਤਾ ਲੱਗਾ ਕਿ ਲੋਕਾਂ ਨੂੰ ਕਿਹਾ ਜਾ ਕੇ ਅਪੀਲ ਕੀਤੀ ਅਧਿਕਾਰੀਆਂ ਨੇ ਲੇਕਿਨ ਲੋਕ ਕਿਤੇ ਜਾਣਾ ਨਹੀਂ ਚਾਹੁੰਦੇ ਸਿਚੁਏਸ਼ਨ ਨੂੰ ਦੇਖਦੇ ਆ ਲੇਕਿਨ ਜਦੋਂ ਇੱਕਦਰੀ ਬਹੁਤ ਜ਼ਿਆਦਾ ਫਲੱਡ ਆ ਜਾਂਦਾ ਫਿਰ ਤਾਂ ਅੰਡਰ ਕੰਟਰੋਲ ਹੀ ਨਹੀਂ ਹੁੰਦਾ ਲੈ ਉਸ ਚੀਜ਼ ਤੋਂ ਲੋਕਾਂ ਨੂੰ ਖੁਦ ਬਚਣਾ ਚਾਹੀਦਾ ਮੋੜ ਬਸ ਐਵੇਂ ਲਈ ਵੀ ਕੁਝ ਕਰੋਗੇ ਕਿਉਂਕਿ ਬਹੁਤ ਸਾਰਾਂ ਦੇ ਘਰ ਟੁੱਟੇ ਨੇ ਬਹੁਤ ਸਕੁਝ ਨੁਕਸਾਨ ਹੈ ਡੈਫੀਨਿਟਲੀ ਸਰਕਾਰ ਜਿੱਦਾਂ ਜਿੱਦਾਂ ਸਾਹਮਣੇ ਆਕਲਨ ਸਹੀ ਤਰੀਕੇ ਨਾਲ 5 ਦਿਨ 10 ਦਿਨ ਬਾਅਦ 15 ਦਿਨ ਬਾਅਦ ਆਏਗਾ ਕੋਈ ਕੋਰ ਕਸਰ ਜਿਹੜੀ ਹੈ ਮਾਨਯੋਗ ਮੁੱਖ ਮੰਤਰੀ ਭਗਵੰਤ ਪਾਣਜੀ ਦਾ ਪਹਿਲਾ ਨਿਰਦੇਸ਼ਾ ਨਹੀਂ ਛੱਡੀ ਜਾਏਗੀ ਬਹੁਤ ਬਹੁਤ ਧੰਨਵਾਦ ਸੋ ਐਸਨ ਸਾਡੇ ਨਾਲ ਬ੍ਰਹਮਸ਼ੰਕਰ ਜਿੰਪਾ ਜੀ ਜਿਹੜੇ ਕਿ ਆਫਤ ਮੰਤਰੀ ਨੇ ਜਿਹੜੇ ਕਿ ਪੂਰੀ ਤਰ੍ਹਾਂ ਨਜ਼ਰ ਰੱਖ ਰਹੇ ਨੇ ਸਾਰੀ ਸਥਿਤੀ ਦੇ ਉੱਤੇ ਲਗਾਤਾਰ ਪੰਜਾਬ ਦੇ ਵਿੱਚ ਸਥਿਤੀ ਹੈ ਜਿਹੜੀ ਉਹ ਗੰਭੀਰ ਹੋਈ ਸੀ ਪਰ ਕੰਟਰੋਲ ਕੀਤਾ ਜਾ ਰਿਹਾ ਹੈ ਆਰਜੀ ਹਸਪਤਾਲ ਬਣਾਏ ਗਏ ਨੇ ਹੋਰ ਸਾਰੇ ਸੁਵਿਧਾਵਾਂ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਨੇ ਬਣੇ ਰਹੋ ਤੁਸੀਂ ਫੈਕਟ ਨਿਊਜ਼ ਦੇ ਨਾਲ ਮੈਂ ਤੁਹਾਡਾ ਜਸਪੀ ਸਿੰਘ ਅਸ਼ਕ